ਲਾਅ ਦੀ ਵਿਦਿਆਰਥਣ ਨਾਲ ਜ਼ਬਰਦਸਤੀ ਕਰਨ ਦੇ ਮਾਮਲੇ 'ਚ ਆਰੋਪੀ ਪੰਜਾਬ ਪੁਲਿਸ ਦੇ AIG ਰਣਧੀਰ ਸਿੰਘ ਉੱਪਰ ਹੁਣ ਹੋਰ ਇਲਜ਼ਾਮਾਂ 'ਚ ਘਿਰ ਗਏ ਨੇ। ਇਹ ਤੁਹਾਡੇ ਸਾਹਮਣੇ ਬੈਠਾ ਬਜ਼ੁਰਗ ਜੋੜਾ ਕਸ਼ਮੀਰ ਸਿੰਘ ਅਤੇ ਉਸਦੀ ਪਤਨੀ ਦੇ ਇਲਜ਼ਾਮ ਨੇ ਕਿ AIG ਉੱਪਰ ਹੁਸ਼ਿਆਰਪੁਰ 'ਚ SPD ਤੈਨਾਤ ਸੀ ਤਾਂ ਉਸਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਕੇ ਉਹਨਾਂ 'ਤੇ ਝੂਠੇ ਮਾਮਲੇ ਦਰਜ ਕੀਤੇ। 2,80,000 ਰੁਪਏ ਤੱਕ ਦੀ ਰਿਸ਼ਵਤ ਲਈ ਇਹਨਾਂ ਦੇ ਬੱਚਿਆਂ 'ਤੇ ਝੂਠੇ ਪਰਚੇ ਦਰਜ ਕੀਤੇ ਜੋ ਹੁਣ ਆਸਟ੍ਰੇਲੀਆ ਤੋਂ ਭਾਰਤ ਨਹੀਂ ਆ ਸਕਦੇ। ਅਸਲ 'ਚ ਇਹਨਾਂ ਮੁਤਾਬਕ ਉਹਨਾਂ ਦੀ ਨੂੰਹ ਆਸਟ੍ਰੇਲੀਆ 'ਚ ਇਮੀਗ੍ਰੇਸ਼ਨ ਵਕੀਲ ਸੀ ਅਤੇ ਹੁਸ਼ਿਆਰਪੁਰ 'ਚ 2 ਟਰੈਵਲ ਏਜੰਟਾਂ ਨਾਲ ਉਸਦਾ ਸੰਪਰਕ ਬਣਿਆ ਅਤੇ ਕਿਸੇ ਕਾਰਨ ਉਹਨਾਂ ਟਰੈਵਲ ਏਜੰਟਾਂ ਦੇ ਨਾਲ ਮਿਲ ਕੇ AIG ਉੱਪਲ ਨੇ ਇਹ ਸਭ ਕੀਤਾ ਅਤੇ ਕਈ ਸਾਲਾਂ ਤੋਂ ਇਹਨਾਂ ਮਾਪਿਆਂ ਨੇ ਆਪਣੇ ਬੱਚਿਆਂ ਦਾ ਮੂੰਹ ਤੱਕ ਨਹੀਂ ਵੇਖਿਆ। ਇਹਨਾਂ ਦਾ ਬੁਢਾਪਾ ਰੁਲ ਗਿਆ। ਆਪਣੀ ਦਾਸਤਾਨ ਦੱਸਦੇ ਦੱਸਦੇ ਇਹ ਬਜ਼ੁਰਗ ਜੋੜਾ ਰੋ ਪਿਆ। ਤੁਸੀਂ ਵੀ ਸੁਣ ਲਓ ਇਹਨਾਂ ਦੇ ਤਮਾਮ ਇਲਜ਼ਾਮ। ਰਹਿੰਦਾ ਆਸਟ੍ਰੇਲੀਆ 'ਚ, ਉਹ ਬਹੂ ਮੇਰੀ ਹੈਗੀ ਆ ਇਮੀਗ੍ਰੇਸ਼ਨ ਦੇ ਵਕੀਲ, ਉਹਨਾਂ ਨਾਲ ਇੱਕ ਏਜੰਟਾਂ ਦਾ ਸੀਗਾ ਇੱਥੇ ਐਗਰੀਮੈਂਟ ਹੋਇਆ, ਉਹਨਾਂ ਨਾਲ ਲੈਣ ਦੇਣ ਸੀਗਾ ਉਹਨਾਂ ਦਾ, ਉਹ ਕੋਈ ਪੈਸਾ ਦਾ ਹਿਸਾਬ ਕਿਤਾਬ ਉਹਨਾਂ ਦਾ ਸੀਗਾ, ਉਹ ਏਜੰਟ ਗਾਹਾਂ ਉਹਨੂੰ ਪੈਸੇ ਨਹੀਂ ਦੇ ਰਹੇ। ਉਹਦੇ ਵਿੱਚ ਏਜੰਟਾਂ ਨਾਲ ਮਿਲ ਕੇ SP DSP ਨੇ ਵੀ ਇਹ ਉਹਦਾ ਸਹੁਰਾ ਮੈਨੂੰ ਚੱਕ ਕੇ ਲੈ ਗਿਆ, ਮੈਨੂੰ ਬਹੁਤ ਪਰੇਸ਼ਾਨ ਕੀਤਾ ਔਰ ਕਹਿੰਦਾ ਜੁੱਤੀ ਦੇ ਜ਼ੋਰ 'ਤੇ ਤੇ ਪੈਸੇ ਲੈਣੇ ਆ, ਤੂੰ ਪੈਸੇ ਦਊਂਗਾ ਠੀਕ ਆ, ਨਹੀਂ ਤਾਂ ਤੈਨੂੰ ਗੰਦਾਲੀ ਦੇ ਭੇਜਣਾ। CA ਸਟਾਫ 'ਚ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਮਾਲਕ ਸਾਹਿਬ 'ਤੇ ਵੀ ਪੈਸਿਆਂ ਦੇ ਵੀ, ਮੈਂ ਹਰੇਕ ਕੋਲ ਜਾ ਚੁੱਕਾ, DGP ਕੋਲ ਜਾ ਚੁੱਕਾ, IG ਕੋਲ ਜਾ ਚੁੱਕਾ, ਮੇਰੀ ਕਿਸੇ ਨੇ ਨਹੀਂ ਸੁਣੀ ਜੀ ਅੱਜ ਤੱਕ। ਉਹ ਕਹਿੰਦਾ ਪਹਿਲਾਂ ਕਹਿੰਦਾ 2,83,000 ਦਿੱਤਾ, ਫਿਰ ਕਹਿੰਦਾ ਤੂੰ ਹੋਰ ਦੇ $12,000 ਦੇ ਹੋਰ ਪੈਸੇ ਦੇ। ਮੈਂ ਕਿਹਾ ਮੈਂ ਜਦ ਮੈਂ ਹੈ ਹੀ ਨਹੀਂ, ਮੈਂ ਲਏ ਹੀ ਨਹੀਂ, ਮੈਨੂੰ ਪਤਾ ਨਹੀਂ ਕੁਛ ਵੀ, ਮੈਂ ਕਿੱਥੋਂ ਦੇਵਾਂ। ਮੈਂ ਇਸੇ ਅੱਕ ਕੇ ਜਿਸ ਵੇਲੇ ਮੈਂ ਕਿਹਾ ਇਹ ਤਾਂ ਫਿਰ ਰੋਜ਼ ਆਉਣ ਲੱਗ ਪਿਆ, ਮੈਂ ਮਨੁੱਖੀ ਅਧਿਕਾਰ ਚਲਾ ਗਿਆ। ਉਹ ਤੋਂ ਬਾਅਦ ਇਹਨੇ ਜਦੋਂ ਉਹਨੇ ਇਹਦੇ ਬਰਖਿਲਾਫ਼ ਸਭ ਕੁਝ ਕਰ ਦਿੱਤਾ, ਮੇਰੇ 'ਤੇ ਇਹਨੇ FRIਆਂ ਦਰਜ ਕਰਾਤੀਆਂ। ਇੱਥੇ 4-4, 5-5, 10-10 ਸਿਪਾਹੀ ਲੈ ਕੇ ਮੇਰੇ ਇੱਥੇ ਛਾਪੇ ਮਾਰਦਾ ਰਿਹਾ ਘਰ ਆ ਕੇ ਜੀ। ਮੈਂ ਵੱਖ ਹੋ ਜਾਂਦਾ ਸੀ, ਜਿੱਦਾਂ ਅੱਤਵਾਦੀਆਂ ਮਗਰ ਲੱਗੇ ਹੁੰਦੇ ਇੱਦਾਂ ਮੇਰੇ ਮਗਰ ਲੱਗਾ ਜੀ। ਇਹ ਮੈਨੂੰ ਸਾਫ਼ ਮਿਲਣਾ ਚਾਹੀਦਾ, ਮੇਰੀਆਂ ਜਿਹੜੀਆਂ FRI ਅਤੇ ਉਹਨਾਂ ਨੇ ਰੋਜ਼ ਆ ਕੇ ਇੱਥੇ ਪਰੇਸ਼ਾਨ ਕਰਦੇ ਸੀ, ਪੁਲਿਸ ਵਾਲੇ ਰੋਜ਼ ਆਉਂਦੇ ਸੀਗੇ ਘਰ, ਮੈਂ ਇਕੱਲੀ ਹੁੰਦੀ ਸੀਗੀ, ਇਹ ਘਰ ਨਹੀਂ ਹੁੰਦੇ ਸੀਗੇ, ਤਾਂ ਆ ਕੇ ਉਹਨਾਂ ਨੇ ਕਦੇ ਉੱਪਰ ਕਦੇ ਥੱਲੇ ਕਹਿਣਾ ਦੱਸੋ ਕਿੱਥੇ ਆ, ਮੈਂ ਕਹਿੰਦੀ ਸੀ ਘਰ ਨਹੀਂ ਹੈਗੇ। ਬਹੁਤ ਤੰਗ ਕੀਤਾ ਉਹਨਾਂ ਨੇ, ਹੁਣ ਬੱਚੇ ਇੱਥੇ ਨਹੀਂ ਆ ਸਕਦੇ, ਅਸੀਂ ਬੱਚਿਆਂ ਕੋਲ ਨਹੀਂ ਜਾ ਸਕਦੇ, ਅਸੀਂ ਇੰਨੇ ਪਰੇਸ਼ਾਨ ਹਾਂ, ਦੋਨੋਂ ਮਰੀਜ਼ ਆ, ਇਹ ਮੇਰੇ ਤੋਂ ਜ਼ਿਆਦਾ, ਮੈਂ ਇਹਨਾਂ ਤੋਂ ਜ਼ਿਆਦਾ, ਮੈਨੂੰ ਇੱਕਦਮ BPI ਹੋ ਕੇ ਅਟੈਕ ਹੋ ਜਾਂਦਾ 200-250 'ਤੇ ਇੱਕਦਮ BP, ਸਾਡਾ ਕੁਛ ਵੀ ਨਹੀਂ ਰਿਹਾ ਹੈਗਾ ਤਰੀਕਾ ਭੁਗਤਿਆਂ ਦਾ, ਕਦੇ ਚੰਡੀਗੜ੍ਹ ਕਦੇ ਇੱਥੇ ਕਦੇ ਇੱਥੇ, ਸਾਰਾ ਕੁਛ। ਇੱਥੇ ਇਹ ਵੀ ਗੱਲ ਕਾਬਿਲੇ ਗੌਰ ਹੈ ਕਿ AIG ਉੱਪਲ ਜਦੋਂ ਹੁਸ਼ਿਆਰਪੁਰ SPD ਤੈਨਾਤ ਸਨ ਤਾਂ ਉਹਨਾਂ ਨੂੰ ਇੱਕ ਵਾਰ ਰਿਸ਼ਵਤ ਲੈਣ ਦੇ ਮਾਮਲੇ 'ਚ ਸਸਪੈਂਡ ਵੀ ਕਰ ਦਿੱਤਾ ਗਿਆ ਸੀ, ਪਰ ਹੁਣ ਇਸ ਬਜ਼ੁਰਗ ਜੋੜੇ ਵੱਲੋਂ ਲਗਾਏ ਗਏ ਇਲਜ਼ਾਮ ਆਖਿਰ ਕਿੰਨੇ ਸੱਚੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ। ਹੁਸ਼ਿਆਰਪੁਰ ਤੋਂ ਸੁਨੀਲ ਆਖਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਦੇਖ ਲੋ 50 ਵੀ ਲਾਲ ਹੋ ਗਈ ਭਿੱਜ ਕੇ। ਹਟ ਜਾਓ ਪਰਾਉਣਾ ਆਉਂਦਾ ਪਰਾਉਣਾ 28 ਸਤੰਬਰ ਨੂੰ ਆ ਗਿਆ ਹੈ। ਪੱਲੇ ਪੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ ਮਿਊਜ਼ਿਕ TV ਚੈਨਲ। Hey, you are watching worldwide Super Hit Punjabi Music Satellite TV channel. Balle Balle.